ਦੇਖੋ ਖੁਦ ਨੂੰ ਲੁਧਿਆਣਾ CIA ਸਟਾਫ ਦੇ ਮੁਲਾਜ਼ਮ ਦੱਸ ਕੇ ਕਿੱਦਾਂ ਇਹ ਕਰਿੰਦੇ ਕਰਦੇ ਸਨ ਘਰਾਂ ਤੇ ਦੁਕਾਨਾਂ ਤੇ ਰੇਡ ਜੋ ਰੰਗੇ ਹੱਥੀ ਦਬੋਚੇ ਲੁਧਿਆਣਾ ਪੁਲਿਸ ਨੇ। ਪਿਛਲੇ ਕੁਛ ਸਮੇਂ ਤੋਂ ਇੱਕ ਜਨਰਲ ਆ ਰਹੀ ਸੀਗੀ ਵੀ ਕੁਛ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ, ਦੁਕਾਨਦਾਰਾਂ ਨਾਲ, ਏਜੰਟਾਂ ਨਾਲ ਠੱਗੀ ਚੋਰੀ ਕਰ ਰਹੇ ਨੇ। ਤਾਂ ਉਹਦੇ 'ਚ ਇੱਕ ਕੇਸ ਬਹਾਦਰਕੇ ਰੋਡ 'ਤੇ ਇੱਕ ਦਵਾਈਆਂ ਦੀ ਦੁਕਾਨ ਆ ਜਿੱਥੇ ਚਾਰ ਬੰਦੇ ਜਾਂਦੇ ਨੇ, ਆਪਣੇ ਆਪ ਨੂੰ CIA ਸਟਾਫ ਦੱਸਦੇ ਨੇ। ਕਿੱਥੋਂ ਦਾ CIA ਸਟਾਫ? ਉਹ ਨਹੀਂ ਕਿ ਅਸੀਂ CIA ਸਟਾਫ ਤੋਂ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰ ਪਿਆਰਿਓ, ਲੁਧਿਆਣਾ ਪੁਲਿਸ ਦੇ CIA ਸਟਾਫ ਦੇ ਮੁਲਾਜ਼ਮ ਦੱਸਦਿਆਂ ਹੋਇਆਂ ਕੁਝ ਲੋਕਾਂ ਦੇ ਘਰਾਂ ਅਤੇ ਮੈਡੀਕਲ ਸਟੋਰਸ ਦੇ ਉੱਤੇ ਰੇਡ ਕਰਦੇ ਸਨ। ਅਜਿਹੇ ਨਕਲੀ ਪੁਲਿਸ ਕਰਮੀਆਂ ਦੇ ਗਿਰੋਹ ਦਾ ਭਾਂਡਾ ਫੋੜ ਕਰਦਿਆਂ ਹੋਇਆਂ ਲੁਧਿਆਣਾ ਪੁਲਿਸ ਨੇ 2 ਨੂੰ ਗ੍ਰਿਫਤਾਰ ਕੀਤਾ ਅਤੇ 2 ਫਰਾਰ ਹੋਣ ਵਿੱਚ ਕਾਮਯਾਬ ਹੋਏ ਨੇ। ਪੁਲਿਸ ਮੁਤਾਬਕ ਇਹ ਕੁੱਲ 4 ਲੋਕਾਂ ਦਾ ਗਿਰੋਹ ਸੀ ਜੋ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਮੋਟਾ ਪੈਸਾ ਇੱਠਿਆ ਕਰਦੇ ਸਨ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ADCP ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਪੁਲਿਸ ਨੂੰ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਵਿੱਚ ਕੁਝ ਪੁਲਿਸ ਵਾਲੇ ਲਗਾਤਾਰ ਪੈਸੇ ਦੀ ਮੰਗ ਕਰ ਰਹੇ ਨੇ, ਜਿਸ ਤੋਂ ਬਾਅਦ ਇਹਨਾਂ ਨਕਲੀ ਪੁਲਿਸ ਵਾਲਿਆਂ ਦੀ ਰੇਕੀ ਕੀਤੀ ਗਈ ਅਤੇ ਜਿਸ ਤੋਂ ਬਾਅਦ 2 ਵਿਅਕਤੀਆਂ ਨੂੰ ਬਾਜਵਾ ਨਗਰ ਦੀ ਪੁਲੀ ਤੋਂ ਹਿਰਾਸਤ ਵਿੱਚ ਲਿੱਤਾ ਗਿਆ। ਪੁੱਛਗਿੱਛ ਦੌਰਾਨ ਬਾਅਦ ਵਿੱਚ ਸਾਹਮਣੇ ਆਇਆ ਕਿ ਇਹ 4 ਕਰਿੰਦਿਆਂ ਦਾ ਗਿਰੋਹ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਮੋਟਾ ਪੈਸਾ ਇੱਠਿਆ ਕਰਦੇ ਸਨ ਅਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਉਹਨਾਂ ਦੱਸਿਆ ਕਿ ਇਹ ਮੈਡੀਕਲ ਸਟੋਰਸ ਦੇ ਉੱਤੇ ਰੇਡ ਕਰਦੇ ਸਨ ਅਤੇ ਆਪਣੇ ਆਪ ਨੂੰ CIA ਸਟਾਫ ਦਾ ਦੱਸ ਕੇ ਉਹਨਾਂ ਤੋਂ ਮੋਟਾ ਪੈਸਾ ਲਿਆ ਕਰਦੇ ਸਨ। ਉਹਨਾਂ ਦੱਸਿਆ ਕਿ ਇਹ ਬਿਲਕੁਲ ਪੁਲਿਸ ਮੁਲਾਜ਼ਮਾਂ ਵਾਂਗ ਹੀ ਰੋਬ ਮਾਰਦਿਆਂ ਹੋਇਆਂ ਹਮੇਸ਼ਾ ਅਪਡੇਟ ਰਹਿੰਦੇ ਸਨ। ਸਿਕੰਦ ਨੇ ਦੱਸਿਆ ਕਿ ਇਸ ਮਾਮਲੇ ਦੇ ਪ੍ਰਤੀ ਹੁਣ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਾਕੀ ਬਚੇ ਹੋਏ ਆਰੋਪੀ ਨੇ ਉਹ ਵੀ ਜਲਦ ਦਬੋਚ ਲਏ ਜਾਣਗੇ। ਪਿਛਲੇ ਕੁਛ ਸਮੇਂ ਤੋਂ ਇੱਕ ਜਨਰਲ ਆ ਰਹੀ ਸੀਗੀ ਵੀ ਕੁਛ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ, ਦੁਕਾਨਦਾਰਾਂ ਨਾਲ, ਏਜੰਟਾਂ ਨਾਲ ਠੱਗੀ ਚੋਰੀ ਕਰ ਰਹੇ ਨੇ। ਤਾਂ ਉਹਦੇ 'ਚ ਇੱਕ ਕੇਸ ਬਹਾਦਰਕੇ ਰੋਡ 'ਤੇ ਇੱਕ ਦਵਾਈਆਂ ਦੀ ਦੁਕਾਨ ਆ ਜਿੱਥੇ 4 ਬੰਦੇ ਜਾਂਦੇ ਨੇ, ਆਪਣੇ ਆਪ ਨੂੰ CIA ਸਟਾਫ ਦੱਸਦੇ ਨੇ। ਕਿੱਥੋਂ ਦਾ CIA ਸਟਾਫ? ਉਹ ਨਹੀਂ ਕਿ ਅਸੀਂ CIA ਸਟਾਫ ਤੋਂ ਆਏ ਹਾਂ। ਤੁਸੀਂ ਨਸ਼ੇ ਵਾਲੀਆਂ ਦਵਾਈਆਂ ਵੇਚਦੇ ਹੋ, ਚਲੋ ਤੁਹਾਡੇ 'ਤੇ ਪਰਚਾ ਦੇਣਾ। ਉਹ ਬੰਦਾ ਘਬਰਾ ਕੇ ਇਹ ਉਹਦੇ ਤੋਂ ਡਿਮਾਂਡ ਕਰਦੇ ਨੇ 5 ਲੱਖ ਦੀ, ਅਤੇ ਉਹ 2 ਲੱਖ ਇਹਨਾਂ ਨੂੰ ਦੇ ਦਿੰਦਾ। ਉਹ ਗੱਡੀ 'ਚ ਇੱਕ ਇਹਨਾਂ ਕੋਲ ਕਾਰ ਵੀ ਹੈਗੀ ਆ, ਉਹਦੇ 'ਚ ਬਹਿ ਕੇ ਪੈਸੇ ਲੈ ਕੇ ਉੱਥੋਂ ਇਹ ਰਫੂ ਚੱਕਰ ਹੋ ਜਾਂਦਾ। ਉਸ ਤੋਂ ਬਾਅਦ ਉਹ ਗੱਲ ਕੰਪਲੇਂਟ ਸਾਡੇ ਕੋਲ ਆਉਂਦੀ ਹੈ, ਤਾਂ ਅਸੀਂ ਉਹਦਾ FIR ਰਜਿਸਟਰ ਕਰਕੇ ਕਿਸ਼ਤੀ ਸ਼ੁਰੂ ਸਟਾਰਟ ਹੁੰਦੀ ਹੈ। ACP ਵਰਿਆਮ ਸਿੰਘ ਅਤੇ SHO ਸਤਵੰਤ ਸਿੰਘ ਡਿਵੀਜ਼ਨ ਨੰਬਰ 4 ਦੇ ਜਿਹੜੇ SHO ਨੇ, ਇਹਨਾਂ ਦੀ ਟੀਮ ਨੇ ਫਿਰ ਇਹ ਦੋਨੋਂ, ਇਹ 4 ਬੰਦਿਆਂ ਦਾ ਗਰੁੱਪ ਹੈ, ਇਹਨਾਂ 'ਚੋਂ 2 ਅਰੈਸਟ ਕਰ ਲਏ, 2 ਇੱਕ ਹੈਪੀ ਅਤੇ ਇੱਕ ਭੁੱਪੀ, ਉਹ ਫੜਨੇ ਰਹਿੰਦੇ ਨੇ। ਇਹਦੇ 'ਚ ਦੱਸਣ ਵਾਲੀ ਗੱਲ ਇਹ ਆ ਵੀ ਇਹਨਾਂ 'ਚੋਂ ਇਹੀ ਟੀਮ ਇੱਕ ਕੁਛ ਸਮੇਂ ਪਹਿਲਾਂ ਜਲੰਧਰ ਇੱਕ ਏਜੰਟ ਤੋਂ ਇਹਨਾਂ ਨੇ ਕਿਸੇ ਨੇ ਪੈਸੇ ਲੈਣੇ ਸੀ, ਉਹ ਪੈਸੇ ਲੈਣ ਲਈ ਇਹ ਸਿੱਧੇ ਏਜੰਟ ਕੋਲ ਚਲੇ ਜਾਂਦੇ ਨੇ। ਉੱਥੇ ਉਹਦੇ ਨਾਲ 1 ਲੱਖ 'ਚ ਡੀਲ ਹੁੰਦੀ ਹੈ, 20,000 ਮਿਲ ਜਾਂਦਾ। ਉਹ ਏਜੰਟ ਫਿਰ ਬਾਅਦ 'ਚ ਜਿਹੜੇ ਰਿਮੇਨਿੰਗ ਅਮਾਊਂਟ ਸੀ ਉਹਦੇ ਬਾਰੇ ਉਹ ਵਿਜੀਲੈਂਸ ਨੂੰ ਦੱਸ ਦਿੰਦਾ ਵੀ ਪੁਲਿਸ ਵਾਲੇ ਮੇਰੇ ਤੋਂ ਪੈਸੇ ਮੰਗਦੇ ਨੇ। ਤਾਂ ਵਿਜੀਲੈਂਸ ਇਹ ਸੋਚ ਕੇ ਵੀ ਪੁਲਿਸ ਆਫਿਸਰ ਜਾਂ ਕੌਣ ਹੈ, ਤਾਂ ਉਹ ਟਰੈਪ ਲਾ ਕੇ ਉੱਥੇ ਇੱਕ ਬੰਦਾ ਫੜਿਆ ਜਾਂਦਾ। ਉਹ ਇਹਨਾਂ ਦੇ ਪੁਰਾਣੇ ਕੇਸ ਬਾਰੇ ਦੱਸ ਰਿਹਾ ਮੈਂ। ਉਹ ਜਿਹੜਾ ਫੜਿਆ ਗਿਆ ਸੀਗਾ ਉਹਦਾ ਨਾਂ ਹੈਗਾ ਅਮਨਦੀਪ। ਉਹ ਅਮਨਦੀਪ ਵੀ ਇਸ ਜਿਹੜਾ ਦਵਾਈਆਂ ਦੀ ਦੁਕਾਨ 'ਤੇ ਸਾਡੇ ਬਹਾਦਰਕੇ ਰੋਡ 'ਤੇ ਹੋਇਆ, ਉਹਦੇ 'ਚ ਇਨਵੋਲਵ ਸੀ।
ਤਾਂ ਉਹ ਵੀ ਫੜ ਲਿਆ, ਦੋ ਫੜੇ ਗਏ, ਦੋ ਵਾਲੇ ਫੜਨੇ ਪੈਂਦੇ ਨੇ ਫੜੇ। ਤੇ ਇਹਨਾਂ ਦਾ ਸਾਡੀ ਜਿਹੜੀ ਕੋਈ ਵੀ ਪੁਲਿਸ ਅਫਸਰ ਜਾਂ ਥੱਲੜੇ ਉੱਪਰਲੇ ਲੈਵਲ ਤੇ ਕਿਸੇ ਨਾਲ ਕੋਈ ਕੰਟੈਕਟ ਨਹੀਂ ਹੈ। ਮੇਰੀ ਗੱਲ ਸਮਝ ਗਏ ਨਾ ਤੁਸੀਂ? ਇਹ ਇਹਨਾਂ ਦਾ ਸੈਲਫ ਸਟਾਈਲ, ਇੱਕ ਆਪਣਾ ਗਰੁੱਪ ਬਣਿਆ, ਠੱਗੀਆਂ ਡੋਰੀਆਂ ਮਾਰਦੇ ਨੇ ਇਹ। ਦੇਖੋ ਹੁਣ ਇਹਨਾਂ ਦਾ ਰੁਮਾਨ ਲਿਆ, ਪਿਛਲੇ ਇੱਕ ਸਾਲ ਤੋਂ ਇਹ ਕਹਿੰਦੇ ਵੀ ਜਿੱਥੇ ਵੀ ਸਾਡਾ ਦੌਰ ਲੱਗਦਾ ਸੀ ਲਾ ਦਿੰਦੇ ਸੀ। ਸਾਲ ਤੋਂ ਚੱਲ ਰਿਹਾ ਇਹਨਾਂ ਦਾ, ਕਿੱਥੇ ਕਿੱਥੇ ਕੀ ਕੀਤਾ, ਹੁਣ ਅਸੀਂ ਡਿਟੇਲ 'ਚ ਇਹਨਾਂ ਤੋਂ ਰੁਮਾਨ ਲੈ ਕੇ ਸਾਰੀ ਪੁੱਛਗਿੱਛ ਕਰ। ਨਹੀਂ 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 ਇਹ ਆਪਣੇ ਆਪ ਨੂੰ CIA ਸਟਾਫ ਦੇ ਹੀ ਦੱਸਦੇ ਸੀ, ਇਸ ਕਰਕੇ ਕੋਈ ਬੰਦਾ ਸਟਾਫ ਦਾ, ਕਿਉਂਕਿ ਸਿਵਲ 'ਚ ਹੁੰਦੇ ਸੀਗੇ, ਨਾ ਹੀ ਕੋਈ ਕੋਸ਼ਿਸ਼ ਕਰਦਾ ਸੀ ਪੁੱਛਣ ਦੀ ਵੀ ਹਾਈ ਕੋਰਟ ਦਿਖਾਓ, ਇਸ ਤਰ੍ਹਾਂ ਦੀ ਗੱਲ। ਇਹਨਾਂ ਦੀ ਲੁੱਕ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਫਸਟ ਇੰਪ੍ਰੈਸ਼ਨ ਤੁਹਾਡਾ ਇਸ ਤਰ੍ਹਾਂ ਹੀ ਜਾਊਗਾ ਵੀ ਇਹ ਪੁਲਿਸ ਅਫਸਰ ਜਾਂ ਪੁਲਿਸ ਮੁਲਾਜ਼ਮ ਨੇ, ਇਸ ਤਰ੍ਹਾਂ ਦਾ ਇਹਨਾਂ ਦਾ। ਔਰ ਇਹ ਜਦੋਂ ਆਪਸ 'ਚ ਗੱਲ ਵੀ ਕਰਦੇ ਨੇ ਕਿਸੇ ਦੇ ਸਾਹਮਣੇ ਤਾਂ ਸਰ ਸਰ ਕਹਿ ਕੇ ਤਾਂ ਕਿ ਲੱਗੇ ਵੀ ਇਹ ਸਾਡਾ ਬੌਸ ਹੈ, ਇਹ ਸਾਡਾ ਗਨਮੈਨ ਹੈ, ਇਸ ਤਰ੍ਹਾਂ ਕਰ। ਨਹੀਂ ਨਹੀਂ ਟ੍ਰੇਨਿੰਗ ਨਹੀਂ, ਚਲਾਕ ਨੇ, ਤੇਜ਼ ਨੇ ਕਾਫੀ। ਉਹ ਜਿਹੜੇ ਦੋ ਫਰਾਰ ਨੇ ਉਹ ਹਾਂ ਇੱਥੋਂ ਦੇ ਨੇ ਸਾਰੇ, ਲੋਕਲੀ ਇੱਥੇ ਕਿਰਾਏ 'ਤੇ ਰਹਿੰਦੇ ਸੀਗੇ, ਉਹ ਜਿੱਥੇ ਰਹਿੰਦੇ ਸੀ ਉਹ ਉਹਦੇ 'ਤੇ ਵੀ ਅਸੀਂ ਐਕਸ਼ਨ ਕਰ ਰਹੇ ਹਾਂ, 188 'ਚ ਪਰਚਾ ਦੇ ਰਹੇ ਹਾਂ ਜੀ। 1200 ਰਿਕਵਰ ਹੋ ਗਏ ਸਰ, 12000 ਸੋਰੀ, ਨਹੀਂ ਵੈਪਨ ਨਹੀਂ ਇਹਨਾਂ ਕੋਲ ਮਿਲਿਆ, 2 ਲੱਖ ਇੱਥੇ, 1 ਲੱਖ ਦੀ ਉੱਥੇ ਡੀਲ ਹੋਈ ਸੀ ਜਲੰਧਰ, ਉਹਦੇ 'ਚੋਂ 20000, ਮਤਲਬ ਬਾਕੀ ਇਹਨਾਂ ਨੇ ਜਿਹੜਾ ਕੇਸ ਵਾਲੇ ਨਹੀਂ ਰਜਿਸਟਰ ਹੋਏ ਕੀ ਕੀਤਾ ਇਹਨਾਂ ਨੇ, ਉਹ ਅਸੀਂ ਪੁੱਛ ਗਿੱਛ ਕਰ ਰਹੇ ਹਾਂ। ਨਹੀਂ ਨਹੀਂ ਇਹ ਜਿਹੜਾ ਦੂਜਾ ਕੇਸ ਹੈ ਜਲੰਧਰ ਦਾ। ਗੁਰਪ੍ਰੀਤ, ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜੇਕਰ ਸਾਨੂੰ ਕੋਈ ਵੀ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਕੋਈ ਵੀ ਮੁਲਾਜ਼ਮ ਸਾਡੇ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਤਾਂ ਉਸਦੀ ਸ਼ਿਕਾਇਤ ਅਸੀਂ ਉੱਚ ਅਧਿਕਾਰੀਆਂ ਨੂੰ ਜ਼ਰੂਰ ਕਰੀਏ। ਅਜਿਹਾ ਕਰਨ ਦੇ ਨਾਲ ਕਿਤੇ ਨਾ ਕਿਤੇ ਅਸੀਂ ਅਜਿਹੇ ਲੋਕਾਂ ਦਾ ਵੀ ਭੰਡਾ ਫੋੜ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਾਂ, ਜੋ ਖਾਕੀ ਨੂੰ ਦਾਗਦਾਰ ਕਰਦੇ ਨੇ, ਨਕਲੀ ਮੁਲਾਜ਼ਮ ਬਣ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਉਮੀਦ ਕਰਦੇ ਹਾਂ ਤੁਸੀਂ ਵੀ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।